ਰੈਡੀ ਗੁਰੂ ਜੀ ਨੇ ਮਲਕ ਭਾਗੋ ਦੇ ਅਜੋਗ ਤਰੀਕੇ ਨਾਲ ਕਮਾਏ ਤੁਨ ਨੂੰ ਸਭ ਦੇ ਸਾਹਮਣੇ ਪੰਡਿਆ ਅਤੇ ਨੇਕ ਕਮਾਈ ਕਰਨ ਵਾਲੇ ਭਾਈ ਲਾਲੋ ਨੂੰ ਸਤਕਾਰਿਆ ਅਤੇ ਸਾਨੂੰ ਜੋਗ ਸੇਧ ਦਿੱਤੀ ਜਿਸ ਦਾ ਸਦਕਾ ਸਾਡੇ ਪੁਰਾਤਨ ਸਿੰਘ ਆਗੂ ਪ੍ਰਬੰਧਕ ਜਿੱਥੇ ਧਰਮ ਕਾਰਜਾਂ ਲਈ ਮਾਇਆ ਦੀ ਅਪੀਲ ਸਮੇਂ ਨੇਕ ਕਮਾਈ ਵਿੱਚੋਂ ਧਰਮ ਦੀ ਕਮਾਈ ਵਿੱਚੋਂ ਲਫਜਾਂ ਨੂੰ ਜੋਰ ਦੇ ਕੇ ਤਿਲ-ਫੁਲ ਹਿੱਸਾ ਪਾਉਣ ਲਈ ਕਿਹਾ ਕਰਦੇ ਸਨ ਉੱਥੇ ਕਈ ਮਹਾਪੁਰਸ਼ ਐਸੇ ਵੀ ਹੋਏ ਹਨ ਜੋ ਨੇਕ ਕਿਰਤ ਨਾ ਕਰਨ ਵਾਲਿਆਂ ਦੀ ਮਾਇਆ ਗੁਰੂ ਘਰ ਦੀ ਸੇਵਾ ਲਈ ਜਾਂ ਆਪਣੇ ਡੇਰੇ ਵਿੱਚ ਵਰਤਨਾ ਪ੍ਰਵਾਣ ਵੀ ਨਹੀਂ ਸੰਨ ਕਰਿਆ ਕਰਦੇ ਪਰ ਅੱਜ ਸਾਡੇ ਧਰਮ ਅਸਥਾਨਾਂ ਨੂੰ ਧਰਮ ਕਾਰਜਾਂ ਲਈ ਦਿੱਤੀ ਜਾਣ ਵਾਲੀ ਮਾਇਆ ਚੜਾਵੇ ਆਦਿ ਕੌਣ ਪਰਖ ਕਰਦਾ ਹੈ ਕਿ ਦੁੱਧ ਹੈ ਜਾਂ ਲਹੁ ਪ੍ਰਸ਼ਨ ਜਨ ਕਿਸੇ ਕੋਲ ਇਤਨਾ ਸਮਾਂ ਹੈ ਜਾਂ ਇਤਨੀ ਦਲੇਰੀ ਹੈ ਜੋ ਪੁੱਛੇ ਪ੍ਰਸ਼ਨ ਜਨ ਦਰ ਅਸਲ ਅੱਜ ਅਸੀਂ ਮਲਕ ਭਾਗੋ ਤੇ ਭਾਈ ਲਾਲੋ ਬਾਲੀ ਸਾਖੀ ਕੇਵਲ ਸੁਣ ਅਤੇ ਸੁਨਾ ਹੀ ਸਕਦੇ ਹਾਂ ਡੰਡੀ ਇਸ ਸਾਖੀ ਵਿੱਚੋਂ ਮਿਲਦੀ ਸਿੱਖਿਆ ਨੂੰ ਆਪੋ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹਾਲਾਂ ਸ਼ਾਇਦ ਸਾਨੂੰ ਨਹੀਂ ਜਾਪਦੀ ਡੰਡੀ ਇਹੋ ਕਾਰਨ ਹੈ ਕਿ ਅਸੀਂ ਸੱਚੀ ਸੁੱਚੀ ਕਿਰਤ ਹੱਕ ਦੀ ਕਮਾਈ ਨੇਕ ਕਮਾਈ ਦਸਾਂ ਨਹਾਂ ਦੀ ਕਮਾਈ ਵੱਲ ਧਿਆਨ ਨਹੀਂ ਦਿੰਦੇ ਅਤੇ ਜਿੱਥੇ ਆਪਣਾ ਕੀਮਤੀ ਮਨੁੱਖਾ ਜਨਮ ਗਲਤ ਕਮਾਈ ਨਾਲ ਆਪਣਾ ਮਾਣਾ ਮੇਲਾ ਕਰਕੇ ਅਜਾਈ ਗਵਾ ਰਹੇ ਹਾਂ ਰੈਡੀ ਉਥੇ ਇਸ ਹਰਾਮ ਦੀ ਕਮਾਈ ਨਾਲ ਆਪੋ ਆਪਣੇ ਬੱਚਿਆਂ ਪਰਿਵਾਰਾਂ ਦੀ ਪਾਲਣਾ ਪੋਸ਼ਣਾ ਕਰ ਕਰ ਕੇ ਉਹਨਾਂ ਦੀ ਮੱਤ ਵੀ ਮਲੀਨ ਕਰਨ ਦੇ ਭਾਗੀ ਦੋਸ਼ੀ ਵੰੜ ਰਹੇ ਹਾਂ ਡੰਡੇ ਇੱਥੇ ਹੀ ਬਸ ਨਹੀਂ ਸਗੋਂ ਵਿਗੜੇ ਚਾਟਾ ਦੁੱਧ ਦਾ ਕਾਜੀ ਦੀ ਚੁੱਕੇ ਦੇ ਮਹਾਵਾਕ ਅਨੁਸਾਰ ਗੁਰੂ ਧੰਮਾ ਅੰਦਰ ਵੀ ਇਸ ਹਰਾਮ ਦੀ ਕਮਾਈ ਨੂੰ ਦੇ ਕੇ ਉੱਥੇ ਆਈ ਨੇਕ ਕਮਾਈ ਨੂੰ ਵੀ ਬਿਗਾੜਨ ਦੇ ਬੜੇ ਵੱਡੇ ਦੋਸ਼ੀ ਪਾਪੀ ਬਣ ਰਹੇ ਹਾਂ ਜਿਵੇਂ ਕਾਜੀ ਦੀ ਇੱਕ ਛਿੱਟ ਕਤਰਾ ਦੁੱਧ ਨਾਲ ਭਰੇ ਭਾਂਡੇ ਨੂੰ ਬਿਗਾੜ ਦਿੰਦੀ ਹੈ ਖਰਾਬ ਕਰ ਦਿੰਦੀ ਹੈ ਡੰਡੀ ਇਸ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਨੇ ਭਜਨ ਸਿਮਰਨ ਦੁਆਰਾ ਅਤੇ ਗੁਰਬਾਣੀ ਅਨੁਸਾਰ ਆਪਣੇ ਮਨ ਨੂੰ ਸਾਧਿਆ ਹੈ ਜਾਂ ਸਾਧ ਰਹੇ ਹਨ ਆਪਣੀ ਮੈਲ ਧੋ ਰਹੇ ਹਨ ਉਹਨਾਂ ਉੱਤੇ ਕਮਾਈ ਦਾ ਮਾੜਾ ਅਸਰ ਪੈਂਦਾ ਹੈ ਉਹਨਾਂ ਨੂੰ ਝਟ ਪਲੀਤ ਪ੍ਰਤੀਤ ਹੋਣ ਲੱਗ ਜਾਂਦਾ ਹੈ ਅਤੇ ਇਸ ਕਮਾਈ ਤੋਂ ਪਰਹੇਜ਼ ਕਰਨ ਦਾ ਉਪਾਉ ਵੀ ਉਹ ਲੱਭ ਲੈਂਦੇ ਹਨ ਡੰਡੀ ਜੋ ਗਲਤ ਕੰਮ ਕਰਕੇ ਜਾਂ ਝੂਠ ਚਲਾਕੀਆਂ ਕਰਕੇ ਕਠੋਰ ਹੋ ਚੁੱਕੇ ਹਨ ਉਹਨਾਂ ਉੱਤੇ ਕੀ ਅਸਰ ਹੋਣਾ ਪ੍ਰਸ਼ਨ ਜਨ ਉਹਨਾਂ ਹੱਕ ਜਾਂ ਨਾ ਹੱਕ ਬਾਰੇ ਕੀ ਸੋਚਣਾ ਹੈ ਜਾਂ ਕੀ ਵਿਚਾਰਨਾ ਹੈ ਜਦ ਕਿ ਉਹਨਾਂ ਦੀ ਬਿਰਤੀ ਪੱਖ ਅਪੱਖ ਖਾਣ ਵਿੱਚ ਕੋਈ ਫਰਕ ਹੀ ਨਹੀਂ ਸਮਝਦੀ ਡੰਡੀ ਅਸਲ ਗੱਲ ਇਹ ਹੈ ਕਿ ਮਨੁੱਖ ਰਪਏ ਇਕੱਠੇ ਕਰਨ ਵਾਸਤੇ ਹੀ ਨਹੀਂ ਆਇਆ ਢੰਡੀ ਜਿਸ ਛੈ ਨਾਲ ਪਿਆਰ ਕਰੀਏ ਉਸ ਦਾ ਰੂਪ ਹੋ ਜਾਈਦਾ ਹੈ ਢੰਡੀ ਰਪਿਆ ਇੱਕ ਮੁਰਦਾਸ਼ ਹੈ ਹੈ ਢੰਡੀ ਇਸ ਦਾ ਪਿਆਰ ਰੂਪ ਵਿੱਚ